ਵਫਦ ਨੇ ਪਾਕਿਸਤਾਨ ਜਾਣਾ ਸੀ ਕੰਮਕਾਜ ਦਾ ਜਾਇਜ਼ਾ ਲੈਣ ਦੇ ਲਈ। ਜਿਹੜਾ ਕੰਮ ਉੱਥੋਂ ਕੀਤਾ ਜਾ ਚੁੱਕਿਆ ਹੈ ਇਸ ਦੀ ਅਗਵਾਈ ਆਪ ਸੁਖਜਿੰਦਰ ਰੰਧਾਵਾ ਨੇ ਕਰ ਰਹੀ ਸੀ, ਪਰ ਅਰਜ਼ੀ ਨਹੀਂ ਇਜਾਜ਼ਤ ਨਹੀਂ ਮਿਲੀ ਸੀ 24 ਤੋਂ 30 ਅਗਸਤ ਤੱਕ, ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰਾਲੇ ਵੱਲੋਂ ਇਜਾਜ਼ਤ ਦੇਣ ਦੇ ਲਈ ਅਰਜ਼ੀ ਮੰਗੀ ਗਈ ਹੈ, ਜਿਹੜੀ ਕਿ ਅੱਗੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਦਿੱਤੀ ਜਾਏਗੀ। ਸੋ ਅਜੇ ਵੀ ਸਸਪੈਂਸ ਜਿਹੜਾ ਪਾਕਿਸਤਾਨ ਦੌਰੇ 'ਤੇ ਜਿਹੜਾ ਪੰਜਾਬ ਸਰਕਾਰ ਦਾ ਵਫਦ ਹੈ ਉਸ 'ਤੇ ਬਰਕਰਾਰ ਹੈ। ਪਰਮਿਸ਼ਨ ਲਈ ਦਿੱਤਾ ਸੀ ਉਹਨਾਂ ਨੇ, ਜਿਹੜੀ ਕੋਈ ਮੇਰੇ ਖਿਆਲ ਕਿ ਦਿਨ ਦਾ ਕੋਈ ਥੋੜ੍ਹਾ ਬਹੁਤਾ ਹੋ ਗਿਆ, ਹੁਣ ਦੁਬਾਰਾ ਅੱਜ ਫਿਰ ਉਹਨਾਂ ਨੂੰ ਕਰਨਗੇ। ਉਹਨਾਂ ਨੂੰ ਆਖਿਆ ਕਿ ਸਾਨੂੰ 15 ਸਤੰਬਰ ਤੱਕ ਕੋਈ ਡੇਟ ਦੇ ਦਿਉ, ਅਸੀਂ ਜਾਣਾ ਚਾਹੁੰਦੇ ਹਾਂ। ਮੇਰੇ ਖਿਆਲ 'ਚ ਕਿ 15 ਸਤੰਬਰ ਬਹੁਤ ਲੇਟ ਆ, ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਜਲਦੀ ਕਰਨੀਆਂ ਪੈਣਗੀਆਂ। ਔਰ ਇੱਥੇ ਪਾਕਿਸਤਾਨ ਦੇ ਵਿੱਚ ਜਿੱਥੇ ਨਨਕਾਣਾ ਸਾਹਿਬ ਕਰਨਾ, ਲਾਹੌਰ 'ਚ ਜਾਣੀ, ਸਾਈ ਮੀਆਂ ਮੀਰ ਦੇ ਪਰਿਵਾਰ ਨੂੰ ਮਿਲਣਾ, ਉਹਨਾਂ ਨੂੰ ਇਨਵਾਈਟ ਕਰਨਾ, ਰਾਏ ਬੁਲਾਰ ਦੇ ਪਰਿਵਾਰ ਨੂੰ ਮਿਲਣਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਜ਼ਮੀਨ ਜਿਹੜੀ ਉਸ ਵੇਲੇ ਦਾਨ ਕੀਤੀ 3000 ਏਕੜ ਨਨਕਾਣਾ ਸਾਹਿਬ ਦੇ ਨਾਂ 'ਤੇ, ਉੱਥੇ ਭਾਈ ਮਰਦਾਨੇ ਦੇ ਪਰਿਵਾਰ ਨੂੰ ਇਨਵਾਈਟ ਕਰਨਾ, ਅਤੇ ਹੋਰ ਜਿੱਥੇ ਜਿੱਥੇ ਜਿਹੜੇ ਕੋਈ ਗੁਰੂ ਨਾਨਕ ਸਾਹਿਬ ਦੇ ਉੱਥੇ ਜਿਹੜੇ ਉਹ ਪਰਿਵਾਰ ਉਸ ਵੇਲੇ ਦੇ ਉਹਨਾਂ ਦੇ ਨਾਲ ਰਹੇ ਨੇ ਉਹਨਾਂ ਨੂੰ ਇਨਵਾਈਟ ਕਰਨਾ। ਬਾਅਦ 'ਚ ਉਹਨਾਂ ਨੇ ਆਪਣੀ ਗੌਰਮੈਂਟ ਨੂੰ ਰਿਕੁਐਸਟ ਭੇਜਣੀ ਹੈ, ਅਤੇ ਉਹਨਾਂ ਦੇ ਜਿਹੜੇ ਪਰਮਿਸ਼ਨਾਂ ਲੈਣ ਲਈ ਉਹਨਾਂ ਨੂੰ ਟਾਈਮ ਲੱਗੇਗਾ, ਟਾਈਮ ਬਹੁਤ ਸ਼ੋਰਟ ਆ। ਮੇਰਾ ਖਿਆਲ ਹੈ ਕਿ ਡੇ ਬਾਈ ਡੇ ਜਿੱਥੇ ਆਪਾਂ ਕਹਿੰਦੇ ਹੁਣ ਟੋਟਲ 2 ਮਹੀਨੇ ਦਾ ਟਾਈਮ ਜਾਂ 65 ਦਿਨ ਦਾ ਟਾਈਮ ਰਹਿ ਗਿਆ, ਹੁਣ ਮਹੀਨੇ ਨਹੀਂ ਰਹਿ ਗਏ, ਹੁਣ ਦਿਨ ਰਹਿ ਗਿਆ, ਦਿਨਾਂ ਤੋਂ ਬਾਅਦ ਘੰਟਿਆਂ 'ਚ ਕੰਮ ਆ ਜਾਣਾ। ਇਹਦੇ ਲਈ ਸਾਨੂੰ ਗੌਰਮੈਂਟ ਨੂੰ ਡੇ ਨਾਈਟ ਕੰਮ ਕਰਨਾ ਪਏਗਾ। ਔਰ ਜਿਹੜਾ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਬੇਨਤੀ ਕਰਕੇ ਆਇਆ ਸੀ ਕਿ ਕੋਰੀਡੋਰ ਦਾ ਕੰਮ ਜਿਹੜਾ 3 ਸ਼ਿਫਟਾਂ ਦੇ ਵਿੱਚ ਕਰੋ, ਸਪੀਡਲੀ ਕਰੋ, ਪਰ ਉਹਦੇ 'ਚ ਮੈਨੂੰ ਇਹ ਲੱਗ ਰਿਹਾ ਕਿ ਉਹਨਾਂ ਦੇ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ। ਸੋ ਪਹਿਲਾਂ 24 ਤੋਂ 30 ਅਗਸਤ ਤੱਕ ਇਹ ਦੌਰਾ ਸੀਗਾ ਪੰਜਾਬ ਸਰਕਾਰ ਦੇ ਵਫਦ ਦਾ, ਪਰ ਇਜਾਜ਼ਤ ਨਹੀਂ ਮਿਲੀ ਜਿਸ ਕਰਕੇ ਨਹੀਂ ਜਾ ਸਕੇ, ਅਤੇ ਹੁਣ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰਾਲੇ ਵੱਲੋਂ ਅਰਜ਼ੀ ਮੰਗੀ ਗਈ ਹੈ ਇਸ ਦੌਰੇ ਨੂੰ ਲੈ ਕੇ, ਤਾਂ ਜੋ ਪੰਜਾਬ ਸਰਕਾਰ ਦਾ ਜਿਹੜਾ ਵਫਦ ਹੈ ਉਹ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈ ਸਕੇ। ਸੋ ਵਫਦ ਨੇ ਪਾਕਿਸਤਾਨ ਜਾਣਾ ਸੀ ਜੋ ਨਹੀਂ ਜਾ ਸਕਿਆ ਸੀ, ਪਰ ਇੱਕ ਵਾਰ ਫਿਰ ਤੋਂ ਵਿਦੇਸ਼ ਮੰਤਰਾਲੇ ਵੱਲੋਂ ਅਰਜ਼ੀ ਮੰਗੀ ਗਈ ਹੈ। ਸੋ ਅੱਗੇ ਵਧਾਂਗੇ, ਇੱਕ ਹੋਰ ਵੱਡੀ ਖਬਰ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਜੁੜੀ ਹੋਈ। ਦਰਅਸਲ ਇੱਕ ਮੀਟਿੰਗ 30 ਅਗਸਤ ਨੂੰ ਹੋਣ ਜਾ ਰਹੀ ਹੈ, ਪਾਕਿਸਤਾਨ ਵੱਲੋਂ ਇੱਕ ਮਤਾ ਰੱਖਿਆ ਗਿਆ ਜਿਹੜੀ ਕਿ ਇੱਕ ਅਖੀਰਲੀ ਮੀਟਿੰਗ, ਟੈਕਨੀਕਲ ਮੀਟਿੰਗ ਜਿਹੜੀ 0 ਪੁਆਇੰਟ ਯਾਨੀ ਕਿ ਡੇਰਾ ਬਾਬਾ ਨਾਨਕ ਵਿਖੇ ਹੋਣੀ ਸੀ, ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਸੀ, ਕਿਉਂਕਿ ਜੋ ਹਾਲਾਤ ਦੋਹਾਂ ਮੁਲਕਾਂ ਦੇ ਵਿਚਕਾਰ ਬਣੇ ਧਾਰਾ 370 ਨੂੰ ਲੈ ਕੇ, ਉਸ ਤੋਂ ਬਾਅਦ ਲਗਾਤਾਰ ਇਹ ਮੀਟਿੰਗ ਪੈਂਡਿੰਗ ਸੀ ਜਿਹੜੀ ਕਿ ਹੁਣ 30 ਅਗਸਤ ਨੂੰ ਹੋਏਗੀ। ਹਾਲਾਂਕਿ ਕਨਫਰਮੇਸ਼ਨ ਅਜੇ ਇੰਡੀਆ ਵਾਲੇ ਪਾਸਿਓਂ ਹੋਣੀ ਬਾਕੀ ਹੈ, ਪਰ ਪਾਕਿਸਤਾਨ ਵੱਲੋਂ ਇੱਕ ਮਤਾ ਹਿੰਦੁਸਤਾਨ ਦੇ ਕੋਲ ਭੇਜ ਦਿੱਤਾ ਗਿਆ ਹੈ ਕਿ 30 ਅਗਸਤ ਨੂੰ ਪਾਕਿਸਤਾਨ ਮੀਟਿੰਗ ਚਾਹੁੰਦਾ, ਤਾਂ ਜੋ ਟੈਕਨੀਕਲ ਪੱਖ ਜਿਹੜੇ ਨੇ, ਜੋ ਤਕਨੀਕੀ ਪੱਖ ਇਸ ਕੋਰੀਡੋਰ ਦੇ ਹੈਗੇ ਅਲਾਈਨਮੈਂਟਸ ਦਾ ਜਾਂ ਹੋਰ ਜਿਹੜੀਆਂ ਸਹੂਲਤਾਂ ਉੱਤੇ ਲੋਕਾਂ ਨੂੰ ਦੇਣੀਆਂ ਨੇ, ਉਹਦੇ 'ਤੇ ਵਿਚਾਰ ਚਰਚਾ ਕੀਤੀ ਜਾ ਸਕੇ। ਸੋ 0 ਪੁਆਇੰਟ 'ਤੇ ਇਹ ਮੀਟਿੰਗ ਜਿਹੜੀ ਕਿ ਰੱਖੀ ਗਈ ਹੈ, ਹਾਲਾਂਕਿ ਇਸ ਦਾ ਮਤਾ ਪਾਕਿਸਤਾਨ ਵੱਲੋਂ ਜਿਹੜਾ ਹਿੰਦੁਸਤਾਨ ਨੂੰ ਭੇਜ ਦਿੱਤਾ ਗਿਆ। ਸੋ ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਜਿਹੜੀ ਕਿ ਹੋਣ ਜਾ ਰਹੀ ਹੈ 30 ਅਗਸਤ ਨੂੰ, ਜਿਹੜਾ ਕਿ ਪਾਕਿਸਤਾਨ ਵੱਲੋਂ ਮਤਾ ਦਿੱਤਾ ਗਿਆ। ਇਸ ਮਤੇ ਦੇ ਹਿਸਾਬ ਨਾਲ 4th ਗੇੜ ਦੀ ਇਹ ਮੀਟਿੰਗ ਜਿਸ ਦੇ ਲਈ ਪਾਕਿਸਤਾਨ ਵੱਲੋਂ ਮਤਾ ਦਿੱਤਾ ਗਿਆ, ਹੁਣ ਵੇਖਣਾ ਹੋਏਗਾ ਕਿ ਹਿੰਦੁਸਤਾਨ ਇਹਦੇ 'ਤੇ ਕੀ ਰੁਕ ਅਖਤਿਆਰ ਕਰਦਾ। ਪਰ 30 ਅਗਸਤ ਨੂੰ ਇਹ ਮੀਟਿੰਗ ਹੋ ਸਕਦੀ ਹੈ, ਅਤੇ ਪਾਕਿਸਤਾਨ ਵੱਲੋਂ ਇਹ ਮਤਾ ਰੱਖਿਆ ਗਿਆ ਜੋ ਟੈਕਨੀਕਲ ਪੱਖ, ਹਾਲਾਂਕਿ ਬੜੇ ਸਮਾਂ ਤੋਂ ਹਿੰਦੁਸਤਾਨ ਚਾਹੁੰਦਾ ਸੀ ਕਿ ਪਾਕਿਸਤਾਨ ਵੱਲੋਂ ਮਤਾ ਆਏ, ਕਿਉਂਕਿ ਇਹ ਮਤਾ ਜਿਹੜਾ ਸੀ ਉਹ ਪਾਕਿਸਤਾਨ ਵੱਲੋਂ ਆਉਣਾ ਸੀ ਜੋ ਪੈਂਡਿੰਗ ਸੀਗਾ, ਜਿਸ ਕਰਕੇ ਮੀਟਿੰਗ ਨਹੀਂ ਹੋ ਪਾ ਰਹੀ ਸੀ। ਸੋ ਭੋਪਾਲ ਸਿੰਘ ਸਾਡੇ ਪੱਤਰਕਾਰ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਭੋਪਾਲ, ਅਖੀਰਲੇ ਦੌਰ ਦੀ ਇਹ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੀ ਕਿ ਟੈਕਨੀਕਲ ਅਲਾਈਨਮੈਂਟ ਨੂੰ ਲੈ ਕੇ ਪਹਿਲਾਂ ਵੀ 0 ਪੁਆਇੰਟ 'ਤੇ ਹੋ ਚੁੱਕੀ ਹੈ, ਅਤੇ ਹੁਣ ਪਾਕਿਸਤਾਨ ਵੱਲੋਂ ਮਤਾ ਦੇ ਦਿੱਤਾ ਗਿਆ ਕਿ 30 ਅਗਸਤ ਨੂੰ ਮੀਟਿੰਗ ਲਈ ਉਹ ਤਿਆਰ ਨੇ।
ਜੀ ਬਿਲਕੁਲ ਨਵਨੀਤ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਹੜੇ ਟੈਕਨੀਕਲ ਪੁਆਇੰਟਸ ਨੇ ਉਹਨਾਂ ਨੂੰ ਲੈ ਕੇ ਟੈਕਨੀਕਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਜਿਹੜੀ ਸੀ ਉਹ ਲਗਾਤਾਰ ਹੀ ਜਾਰੀ ਸਨ। ਕਈ ਮੀਟਿੰਗਾਂ ਜਿਹੜੀਆਂ ਸਰਹੱਦ ਦੇ ਉੱਪਰ ਵੀ ਹੋਈਆਂ ਨੇ ਅਤੇ ਕਈ ਮੀਟਿੰਗਾਂ ਵਾਹਗੇ ਬਾਰਡਰ ਦੇ ਉੱਪਰ ਜਿਹੜੀ ਸਰਹੱਦ ਦੇ ਉੱਤੇ ਪੈਂਦੀ ਹੈ ਵਾਹਗਾ ਬਾਰਡਰ ਉੱਥੇ ਵੀ ਹੋਈਆਂ ਨੇ ਅਤੇ ਇਹ ਟੈਕਨੀਕਲ ਪੁਆਇੰਟਸ ਨੂੰ ਲੈ ਕੇ ਮੀਟਿੰਗਾਂ ਜਿਹੜੀਆਂ ਨੇ ਟੈਕਨੀਕਲ ਵਿਭਾਗ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇੱਕ ਗੱਲ ਨਵਨੀਤ ਤੁਹਾਨੂੰ ਮੈਂ ਹੋਰ ਦੱਸਣਾ ਚਾਹਾਂਗਾ ਕਿ 22 ਅਗਸਤ ਨੂੰ ਸੁਖਜਿੰਦਰ ਸਿੰਘ ਰੰਧਾਵਾ ਜੋ ਕੈਬਨਿਟ ਮਿਨਿਸਟਰ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ 22 ਅਗਸਤ ਨੂੰ ਇੱਕ ਪੰਜਾਬ ਦਾ ਕੈਬਨਿਟ ਦਾ ਵਫਦ ਜਿਹੜਾ ਹੈ ਉਹ ਪਾਕਿਸਤਾਨ ਜਾਵੇਗਾ, ਪਰ ਪਾਕਿਸਤਾਨ ਨੇ ਉਹਨਾਂ ਨੂੰ ਉਸ 22 ਅਗਸਤ ਨੂੰ ਉੱਥੇ ਪਹੁੰਚਣ ਦੀ ਕੋਈ ਜਿਹੜੀ ਆ ਉਹ ਖੁੱਲ੍ਹ ਨਹੀਂ ਦਿੱਤੀ, ਤਾਂ ਕਿ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਟਾਈਮ ਨਹੀਂ ਹੈ, ਸਮੇਂ ਨਹੀਂ ਹੈ ਤੁਹਾਨੂੰ ਮਿਲਣ ਦਾ, ਅਤੇ 22 ਅਗਸਤ ਨੂੰ ਜਿਹੜਾ ਵਫਦ ਜਾਣਾ ਸੀ 22 ਤੋਂ 27 ਅਗਸਤ ਤੱਕ ਉੱਥੇ ਰਹਿਣਾ ਸੀ ਉਹ ਵੀ ਨਹੀਂ ਜਾ ਸਕਿਆ। ਤਾਂ ਹੁਣ ਇਹ ਜਿਹੜੀ ਮੀਟਿੰਗ ਹੋਏਗੀ ਇਹ ਅਹਿਮ ਰਹਿਣ ਵਾਲੀ ਹੈ ਕਿਉਂਕਿ ਅਗਸਤ ਤੋਂ ਬਾਅਦ ਸਤੰਬਰ ਅਕਤੂਬਰ ਔਰ ਨਵੰਬਰ ਦੇ ਵਿੱਚ ਕਰਤਾਰਪੁਰ ਕੋਰੀਡੋਰ ਜਿਹੜਾ 8 ਨਵੰਬਰ ਨੂੰ ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਹ 2-3 ਮਹੀਨੇ ਹੀ ਰਹਿ ਗਏ ਨੇ ਜਿਹਦੇ ਵਿੱਚ ਇਹ ਸਾਰੇ ਟੈਕਨੀਕਲ ਪੁਆਇੰਟਸ ਨੂੰ ਲੈ ਕੇ ਜਿਹੜੀ ਆਪਸੀ ਗੱਲਬਾਤ ਉਹ ਕੀਤੀ ਜਾਵੇਗੀ ਤਾਂ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਆ ਉਸਦਾ ਜਿਹੜਾ ਨਿਰਮਾਣ ਹੈ ਉਹ ਪੂਰਨ ਸਮੇਂ ਤੇ ਹੋ ਸਕੇ, ਤਾਂ ਕਿ 8 ਨਵੰਬਰ ਨੂੰ ਜਿਹੜਾ ਜਥਾ ਕਹਿ ਗਿਆ ਹੈ ਜਾਣ ਵਾਸਤੇ ਉੱਧਰ ਉਹ ਆਪਣੇ ਸਮੇਂ ਮੁਤਾਬਕ ਉੱਧਰ ਭੇਜਿਆ ਜਾ ਸਕੇ ਜੀ। ਲੇਕਿਨ ਇਹ ਜਿਹੜੀ ਟੈਕਨੀਕਲ ਮੀਟਿੰਗ ਭੋਪਾਲ ਚ ਜਿਹੜੀ ਮਤਾ ਹੁਣ ਪਾਕਿਸਤਾਨ ਵੱਲੋਂ ਅੱਜ ਆਇਆ ਹੈ ਕਿ 30 ਅਗਸਤ ਨੂੰ ਅਸੀਂ ਕਰਾਉਣਾ ਚਾਹੁੰਦੇ ਹਾਂ, ਇਹਦੇ 'ਚ ਵਿਚਾਰ ਕੀ ਕੁਛ ਹੋ ਸਕਦਾ ਹੈ? ਕਰਤਾਰਪੁਰ ਕੋਰੀਡੋਰ ਦਾ ਅਲਾਈਨਮੈਂਟ ਨੂੰ ਲੈ ਕੇ ਪਹਿਲਾਂ ਵੀ ਕਈ ਵਾਰੀ ਗੱਲਬਾਤ ਹੋ ਚੁੱਕੀ ਹੈ, ਮੈਂ ਸਮਝਣਾ ਚਾਹ ਰਿਹਾ ਕਿ ਐਤਕੀ ਕੀ ਕੁਛ ਖਾਸ ਹੋ ਸਕਦਾ ਜੀ। ਨਵਨੀਤ ਇਹ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿੱਥੇ 370 ਧਾਰਾ ਜਦੋਂ JNK ਦੇ ਵਿੱਚ ਤੋੜੀ ਗਈ ਉਸ ਤੋਂ ਬਾਅਦ ਵੀ ਕਾਫੀ ਮਤਭੇਦ ਸਾਹਮਣੇ ਆਏ ਸੀ ਕਿਉਂਕਿ ਪਾਕਿਸਤਾਨ ਨੇ ਹਰ ਜਗ੍ਹਾ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਵਿੱਚ 6-7 ਦਿਨ ਕੰਮ ਵੀ ਬੰਦ ਕਰ ਰੱਖਿਆ। ਹੁਣ ਉਹਨੇ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ। 22 ਅਗਸਤ ਨੂੰ ਵਫਦ ਜਾਣਾ ਸੀ ਉਸ ਨੂੰ ਵੀ ਆਗਿਆ ਨਹੀਂ ਦਿੱਤੀ ਉੱਥੇ ਆਉਣ ਦੀ। ਤਾਂ ਇਹ ਜਿਹੜੀ 30 ਅਗਸਤ ਦੀ ਮੀਟਿੰਗ ਹੈ ਇਹਦੇ ਵਿੱਚ ਟੈਕਨੀਕਲ ਕਈ ਐਸੇ ਪੁਆਇੰਟਸ ਨੇ ਜਿਨ੍ਹਾਂ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਕਿਉਂਕਿ ਉੱਧਰਲੀ ਸਾਈਡ 'ਤੇ ਜਿਹੜਾ ਬ੍ਰਿਜ ਬਣਾਉਣਾ ਹੈ ਉਹਨੇ ਰਾਵੀ ਦਰਿਆ ਦੇ ਉੱਪਰ ਉਹ ਮਿੱਟੀ ਦਾ ਬ੍ਰਿਜ ਬਣਾਉਣ ਜਾ ਰਿਹਾ, ਤਾਂ ਕਿ ਉਹਦੇ ਮਿੱਟੀ ਦੇ ਬ੍ਰਿਜ ਬਣਾਉਣਾ ਇਹ ਨੁਕਸਾਨ ਹੋਏਗਾ ਕਿ ਉਹਦੇ ਥੱਲੋਂ ਜੀ ਦਰਿਆ ਦਾ ਪਾਣੀ ਨਿਕਲ ਪਾਏਗਾ ਅਤੇ ਜਦ ਵੀ ਦਰਿਆ ਦੀ ਢਾਲ ਲੱਗੇਗੀ ਉਹ ਤਦ ਡੇਰਾ ਬਾਬਾ ਨਾਨਕ ਨੂੰ ਹੀ ਲੱਗੇਗੀ। ਹਿੰਦੁਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲ ਜਿਹੜਾ ਬ੍ਰਿਜ ਬਣਾਉਣ ਜਾ ਰਹੇ ਹੋ ਉਹ ਪੁਲਾਂ ਵਾਲਾ ਬਣਾਉਣਾ ਚਾਹੀਦਾ, ਉਹਦੇ ਥੱਲੋਂ ਦੀ ਪਾਣੀ ਜਿਹੜਾ ਕ੍ਰੋਸ ਹੋ ਜਾਵੇ। ਇਸ ਗੱਲ ਨੂੰ ਲੈ ਕੇ ਵੀ ਇਹਦੇ ਵਿੱਚ ਅਹਿਮ ਇਹ ਜਗ੍ਹਾ ਰਵੇ ਜਿਹੜਾ ਰਹੇਗਾ। ਦੂਸਰਾ ਜਿਹੜਾ 550 ਸਾਲਾਂ ਆ ਰਿਹਾ ਪ੍ਰਕਾਸ਼ਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਬਾਤ ਇਹਦੇ ਵਿੱਚ ਕੀਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਕਹਿ ਰਹੀ ਕਿ 550 ਸਾਲਾਂ ਜਿਹੜਾ ਮਨਾਇਆ ਜਾ ਰਿਹਾ ਉਹ ਉਸ ਦੇ ਲਾਗੇ ਚਾਗੇ ਹੀ ਜਥਾ ਜਿਹੜਾ 8 ਨਵੰਬਰ ਨੂੰ ਉੱਥੇ ਭੇਜਿਆ ਜਾਵੇਗਾ। ਉਸ ਨੂੰ ਲੈ ਕੇ ਸੰਤ ਸਮਾਜ ਦੇ ਲੋਕ ਵੀ ਇੱਥੇ ਪਹੁੰਚਣ ਵਾਲੇ ਨੇ, ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਹ 8 ਨਵੰਬਰ ਨੂੰ ਇੱਥੇ ਰਹਿਣਗੇ। ਤਾਂ ਇਹ ਦੋਨਾਂ ਹੀ ਦੇਸ਼ਾਂ ਜਿਹੜੇ ਅਧਿਕਾਰੀਆਂ ਦੀ ਮੀਟਿੰਗ ਹੈ ਕਿਤੇ ਨਾ ਕਿਤੇ ਟੈਕਨੀਕਲ ਪੁਆਇੰਟਸ ਨੂੰ ਲੈ ਕੇ ਵੀ ਹੋਏਗੀ ਅਤੇ ਜਿਹੜੇ ਇਹ ਜਥੇ ਭੇਜੇ ਜਾਣਗੇ ਜਾਂ ਜਿਹੜੇ ਜਦੋਂ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਏਗਾ ਉਹਦੇ ਇੰਤਜ਼ਾਮਾਂ ਨੂੰ ਲੈ ਕੇ ਵੀ ਅਹਿਮ ਰਹਿਣ ਵਾਲੀ ਹੈ ਜੀ। ਠੀਕ ਹੈ, ਧੰਨਵਾਦ ਭੋਪਾਲ ਇਸ ਸਾਰੀ ਜਾਣਕਾਰੀ ਲਈ। ਸੋ ਬਿਲਕੁਲ ਕਾਫੀ ਅਹਿਮ ਮੀਟਿੰਗ ਰਹਿਣ ਵਾਲੀ ਹੈ ਜਿਵੇਂ ਕਿ ਭੋਪਾਲ ਵੀ ਜਾਣਕਾਰੀ ਦੇ ਰਹੇ ਸੀਗੇ। ਸੋ ਵੱਡੀ ਖਬਰ ਲਗਾਤਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 31 ਅਗਸਤ ਨੂੰ ਹੋਰ ਮੀਟਿੰਗ ਜਿਹੜੀ ਹੈ ਹੋਣ ਜਾ ਰਹੀ ਹੈ। ਪਰ ਅਗਲੀ ਵੱਡੀ ਖਬਰ ਦਾ ਵੀ ਰੁਖ ਕਰਨੇ ਆ, ਜਿਹੜੀ ਅੱਜ ਮੀਟਿੰਗ ਹੋਈ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ, ਅੱਜ ਇੱਕ ਅਹਿਮ ਮੀਟਿੰਗ ਸੁਖਜਿੰਦਰ ਰੰਧਾਵਾ ਦੀ ਅਗਵਾਈ ਦੇ ਵਿੱਚ ਹੋਈ ਹੈ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ। ਮੀਟਿੰਗ ਦੇ ਵਿੱਚ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸੰਬੰਧੀ ਚਰਚਾ ਕੀਤੀ ਗਈ, ਯਾਨੀ ਕਿ ਜੋ 550ਵਾਂ ਪ੍ਰਕਾਸ਼ ਪੁਰਬ ਸਰਕਾਰ ਵੱਲੋਂ ਮਨਾਇਆ ਜਾਣਾ ਉਸ ਦੀਆਂ ਤਿਆਰੀਆਂ ਕੀ ਕੁਛ ਨੇ ਅਤੇ ਕੌਣ ਕੌਣ ਖਾਸ ਮਹਿਮਾਨ ਹੋਏਗਾ, ਕਿਵੇਂ ਉਹਦੇ 'ਤੇ ਜਿਹੜੀ ਰੂਪਰੇਖਾ ਹੈ ਉਹ ਤਿਆਰ ਕੀਤੀ ਜਾਏਗੀ। ਸੋ ਪਹਿਲੇ ਜੱਥੇ ਵਿੱਚ 5000 ਸ਼ਰਧਾਲੂਆਂ ਦੀ ਮਨਜ਼ੂਰੀ ਦਿੱਤੀ ਗਈ ਹੈ, ਪਰ ਉਹ ਕਹਿ ਰਹੇ ਨੇ ਪੰਜਾਬ ਸਰਕਾਰ ਦੇ ਨੁਮਾਇੰਦੇ ਕਿ ਅਸੀਂ ਮੰਗ ਕੀਤੀ ਹੈ ਕਿ ਪਹਿਲੇ ਜੱਥੇ ਵਿੱਚ 11000 ਸ਼ਰਧਾਲੂ ਭੇਜੇ ਜਾਣ। ਰੰਧਾਵਾ ਨੇ ਕਿਹਾ ਕਿ ਮੰਤਰੀਆਂ ਦਾ ਇੱਕ ਵਫਦ ਪਾਕਿਸਤਾਨ ਜਾਣਾ ਸੀ ਪਰ ਕੇਂਦਰ ਸਰਕਾਰ ਨੇ ਸਾਨੂੰ ਕਿਹਾ ਕਿ ਤੁਸੀਂ ਦੁਬਾਰਾ ਇਸ ਬਾਰੇ ਚਿੱਠੀ ਭੇਜੋ, ਕਿਉਂਕਿ ਪਹਿਲਾਂ ਭੇਜੀ ਰਿਕੁਐਸਟ ਵਿੱਚ ਕੋਈ ਅੰਤਰਰਾਜੀ ਰਾਜਨੀਤਿਕ ਜਾਂ ਕੋਈ ਹੋਰ ਕਾਰਨਾਂ ਕਰਕੇ ਰਿਕੁਐਸਟ ਮਨਜ਼ੂਰ ਨਹੀਂ ਹੋਈ ਅਤੇ ਹੁਣ ਅਸੀਂ ਵਫਦ ਨੂੰ 15 ਸਤੰਬਰ ਤੱਕ ਭੇਜਣਾ ਦੀ ਰਿਕੁਐਸਟ ਭੇਜਾਂਗੇ, ਕਿਉਂਕਿ ਪਾਕਿਸਤਾਨ ਵਿੱਚ ਕਈ ਥਾਵਾਂ 'ਤੇ ਜਾ ਕੇ ਸੱਦਾ ਪੱਤਰ ਦੇਣਾ, ਕੋਰੀਡੋਰ ਦੇ ਕੰਮਾਂ ਦਾ ਜਾਇਜ਼ਾ ਲੈਣਾ। ਸੋ ਪਾਕਿਸਤਾਨ ਦਾ ਕੰਮ ਕਰਤਾਰਪੁਰ ਲਾਂਘੇ ਨੂੰ ਲੈ ਕੇ ਤੇਜ਼ੀ ਨਾਲ ਚੱਲ ਰਿਹਾ। ਵੀ ਇੱਕ ਵੱਡਾ ਬਿਆਨ ਸੁਖਜਿੰਦਰ ਰੰਧਾਵਾ ਵੱਲੋਂ ਦਿੱਤਾ ਗਿਆ। ਪਹਿਲੀ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਇਕੱਲੀ ਕਰਤਾਰਪੁਰ ਸਾਹਿਬ ਨੇ 550 ਸਾਲਾ ਜਿਹੜਾ ਸ਼ਤਾਬਦੀ ਮਨਾਉਣੀ ਆ ਉਹਦੇ ਬਾਰੇ ਪੂਰੀ ਡਿਟੇਲਡ ਮੀਟਿੰਗ ਹੋਈ ਆ, ਉਹਦੇ 'ਚ ਸੁਲਤਾਨਪੁਰ ਲੋਧੀ ਔਰ ਡੇਰਾ ਬਾਬਾ ਨਾਨਕ ਦੇ ਬਾਰੇ ਇੱਕ ਇੱਕ ਜਿਹੜਾ ਪੁਆਇੰਟ ਸੀ ਉਹਨੂੰ ਡਿਸਕਸ਼ਨ 'ਚ ਲੈ ਕੇ ਆਏ ਨੇ। ਉਹਦੇ 'ਚ ਇਹ ਕੀਤਾ ਗਿਆ ਕਿ ਜਿਹੜਾ ਟੋਟਲ ਕਰਤਾ ਹੈ ਉੱਥੇ ਸੁਲਤਾਨਪੁਰ ਲੋਧੀ ਈਵਨ ਉੱਥੋਂ ਕਰਤਾਰਪੁਰ ਨਨਕਾਣਾ ਸਾਹਿਬ ਤੋਂ ਨਨਕਾਣਾ ਸਾਹਿਬ 'ਤੇ ਜਾਇਆ ਜਾਏਗਾ, ਉੱਥੇ 550 ਦਾ ਜਥਾ ਜਿਹੜਾ ਗਵਰਨਮੈਂਟ ਵੱਲੋਂ ਅਪਰੂਵਲ ਹੀ ਭੇਜ ਦਿਆਂਗੇ। ਉਹਦੇ ਵਿੱਚ MLAs ਵੀ ਹੋਣਗੇ ਔਰ ਆਲ ਪਾਰਟੀ MLAs ਹੋਣਗੇ, MPs ਹੋਣਗੇ, ਉਹਨਾਂ ਦੇ ਨਾਲ ਹੀ ਰਾਜ ਸਭਾ ਦੇ ਮੈਂਬਰ ਪਾਰਟੀ ਜਿਹੜੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਉਹਨਾਂ ਨੂੰ ਕਿਹਾ, ਨਾਲ ਹੀ SGPC ਦੇ 25 ਮੈਂਬਰ
तो उत्थे जिहड़े अखंड पाठ साहब रखा के ते 3 तरीक नूं उत्थों गुरु ग्रंथ साहब की जिहड़ी गुरु ग्रंथ साहब लैके आवांगे और 5 तरीक नूं सुल्तानपुर लोधी पहुँच करके तो उत्थे सहज पाठ जिहड़ा उह स्टार्ट किया जाएगा। जिहड़े वख वख जिहड़ी उत्थां दे पंडाल जां ट्रांसपोर्टेशन लंगर वो सारी चीज़ां अज डिसाइड कर दिए, टेंट सिटी जिहड़ा वो डिसाइड कर दिता गया किन्नी एकड़ 'च लगाया जाएगा। ਇਹ ਟੋਟਲ ਜਿਹੜੀਆਂ ਚੀਜ਼ਾਂ ਤਮਾਮ ਜਿਹੜੇ ਨੇ ਉਹਨਾਂ ਦੇ ਡਿਸੀਜਨ ਅੱਜ ਲੈ ਲਏ ਗਏ ਅਤੇ ਉਹਨਾਂ ਨੂੰ ਫਾਈਨਲ ਜਿਹੜਾ ਹੈਗੇ ਆ ਜਿਹੜਾ ਰੂਪਰੇਖਾ ਦੇ ਦਿੱਤੀ ਗਈ ਹੈ। ਉਹਦੇ ਬਾਅਦ ਜਿਹੜਾ ਸੈਕਿੰਡ ਜਿਹੜੇ ਸੀ ਉਹ ਸੀ ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਜਿਹੜੇ ਲਾਂਘੇ ਬਾਰੇ ਜਾਂ ਸਾਡੀ ਸਾਈਡ 'ਤੇ ਜਿਹੜੀ ਕੰਮ ਚੱਲਣ ਬਾਰੇ, ਪਾਕਿਸਤਾਨ ਦੀ ਸਾਈਡ 'ਤੇ ਕੰਮ ਚੱਲਣ ਵਾਲੇ, ਕਿਉਂਕਿ ਮੈਂ ਕੱਲ੍ਹ ਵੀ ਉੱਥੋਂ ਸਾਈਡ 'ਤੇ ਜਾ ਕੇ ਆਇਆ ਔਰ ਮੇਰੇ ਹਿਸਾਬ 'ਚ ਪਾਕਿਸਤਾਨ ਜਿਹੜਾ ਉਹ ਸਾਡੇ ਕੋਲ ਬਹੁਤ ਅੱਗੇ ਆ। ਸਾਡੀ ਗੌਰਮੈਂਟ ਦਾ ਪਿਛਲੇ 5-6 ਦਿਨ ਤੋਂ ਕੰਮ ਬੰਦ ਪਿਆ, ਕੱਲ੍ਹ ਮੈਂ ਦੇਖਿਆ ਸੀ, ਪਤਾ ਨਹੀਂ ਕਿਉਂ ਬੰਦ ਪਿਆ। ਉੱਥੇ ਮੈਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਸਾਡਾ ਕੋਈ ਡਿਸਪਿਊਟ ਚੱਲ ਰਿਹਾ ਇਹਦੇ 'ਚ, ਉਹਨਾਂ ਦੇ ਨਾਲ ਜਿਹੜੇ ਕੋਈ ਸਟੋਨ ਕਰਸ਼ਰਸ ਨੇ ਉਹਨਾਂ ਦੇ ਨਾਲ ਸਾਡਾ ਡਿਸਪਿਊਟ ਆ। ਹੁਣ ਵੀ ਮੈਨੂੰ ਨੈਸ਼ਨਲ ਹਾਈਵੇ ਵਾਲਿਆਂ ਦਾ ਟੈਲੀਫੋਨ ਆਇਆ ਅਤੇ ਮੈਂ ਸੈਕਟਰੀ PWD ਨਾਲ ਉਹਨਾਂ ਦੀ ਗੱਲ ਕਰਵਾਈ ਕਿ ਇਸ ਜਿਹੜਾ ਪ੍ਰੋਬਲਮ ਆਈ ਇਹਨੂੰ ਇਮੀਡੀਏਟਲੀ ਰਿਜ਼ੋਲਵ ਕਰੋ। ਉਹਦੇ 'ਚ ਸੈਕਟਰੀ PWD ਜਿਹੜੇ ਨੇ ਉਹ ਚਲੇ ਗਏ ਨੇ, ਉਹ ਕਹਿੰਦੇ ਮੈਂ ਹੁਣੇ ਇਹਨੂੰ ਸਾਰਾ ਕੁਝ ਠੀਕ ਕਰਦਾ, ਕਿਉਂਕਿ ਕੱਲ੍ਹ ਹੀ ਮੇਰੇ ਜਾਣ ਤੋਂ ਬਾਅਦ ਨੈਸ਼ਨਲ ਹਾਈਵੇ ਵਾਲੇ ਜਿਹੜੇ ਨੇ ਉਹ ਐਕਟਿਵ ਹੋਏ ਸੀ ਅਤੇ ਉਹਦੇ ਬਾਅਦ ਐਕਚੁਅਲੀ ਮੈਨੂੰ ਵੀ ਨਹੀਂ ਸੀ ਪਤਾ ਔਰ ਉਹ ਮੈਨੂੰ ਮਿਲੇ ਵੀ ਨਹੀਂ। ਜਿਸ ਵੇਲੇ ਉਹਨੇ ਦੇਖਿਆ ਕਿ ਇਹ ਮੈਂ ਉੱਥੇ ਘੁੰਮ ਰਿਹਾ ਅਤੇ ਨਾਲ ਦੀ ਨਾਲ ਹੀ ਉਹ ਮੇਰੇ ਕੋਲ ਪਹੁੰਚ ਗਏ, ਜੀ ਆਹ ਸਾਡੀ ਪ੍ਰੋਬਲਮ ਆ। ਉਸ ਵੇਲੇ ਨਾਲ ਮੈਂ ਗੱਲ ਕਰਵਾਈ, ਅੱਜ ਵੀ ਗੱਲ ਮੀਟਿੰਗ ਦੇ ਵਿੱਚ ਬੈਠ ਕੇ ਉਹਨਾਂ ਦਾ ਜਿਹੜਾ ਟੈਲੀਫੋਨ ਆਇਆ ਉਹਨਾਂ ਨੇ ਗੱਲ ਕੀਤੀ, ਸ਼ਾਮ ਤੱਕ ਜਾਂ ਹੋਰ ਥੋੜ੍ਹੀ ਦੇਰ ਤੱਕ ਉਹ ਜਿਹੜਾ ਕੰਮ ਜਿਹੜਾ ਬੰਦ ਪਿਆ ਉਹ ਸਟਾਰਟ ਹੋ ਜਾਏਗਾ। ਅਤੇ ਇਹਨਾਂ ਚੀਜ਼ਾਂ ਕਰਨ ਬਾਅਦ ਉਹਦੇ ਬਾਅਦ ਸਾਡੀ ਜਿਹੜਾ ਮੇਨ ਉੱਥੇ ਚੱਲਿਆ ਕਿ ਜਿਹੜਾ ਪਹਿਲੇ ਦਿਨ ਕਿੰਨਾ ਜਥਾ ਜਾਏਗਾ, ਹਜੇ ਤੱਕ ਤਾਂ ਉਹਨਾਂ ਨੇ 5,000 ਦੀ ਸਾਨੂੰ ਜਿਹੜੀ ਪਰਮਿਸ਼ਨ ਆਈ ਉਹ ਇਹਦੇ 'ਚ ਕਿਹਾ ਕਿ ਪੰਜਾਬ ਗਵਰਨਮੈਂਟ ਉਹਨਾਂ ਨੂੰ ਰਿਕੁਐਸਟ ਕਰੇ ਕਿ ਪਹਿਲਾ ਜਥਾ ਜਿਹੜਾ ਉਹ 11,000 ਦਾ ਆਉਣਾ ਚਾਹੀਦਾ, ਜਿਹਨੂੰ ਮੁੱਖ ਮੰਤਰੀ ਸਾਹਿਬ ਲੀਡ ਕਰਨ ਅਤੇ ਉੱਥੋਂ ਦੀ ਆਪਣੀ ਇੰਡੀਅਨ ਗੌਰਮੈਂਟ ਔਰ ਪਾਕਿਸਤਾਨ ਦੀ ਗੌਰਮੈਂਟ ਕੋਲੋਂ ਅਤੇ ਇੰਡੀਅਨ ਗੌਰਮੈਂਟ ਜਿਹੜੀ ਆ ਪਰਮਿਸ਼ਨ ਲਵੇ। ਇਹ ਸਾਰੀਆਂ ਚੀਜ਼ਾਂ ਸੀ ਕਿ ਕਿਵੇਂ ਉੱਥੇ ਪੰਡਾਲ ਲਾਏ ਜਾਣਗੇ, ਪੰਡਾਲ ਦੇ ਵਿੱਚ ਅਖੰਡ ਪਾਠ ਸਾਹਿਬ ਨਗਰ ਜਿਹੜੇ ਕੀਰਤਨ ਹੋਏਗਾ ਸਾਰਾ ਦਿਨ, ਜਿਹੜੇ ਸਵੇਰੇ 6 ਵਜੇ ਤੋਂ ਉੱਥੋਂ ਆਸਾ ਦੀ ਵਾਰ ਤੋਂ ਰਾਤ 10 ਵਜੇ ਤੱਕ ਸਮਾਪਤੀ ਤੱਕ ਇਹ ਜਿਹੜੇ ਪ੍ਰੋਗਰਾਮ ਜਿਹੜੇ ਟੋਟਲ ਲਿਖੇ ਗਏ ਨੇ। ਉੱਥੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਟੈਂਟ ਸਿਟੀ ਲੱਗੇਗੀ ਜਿਹਦੇ 'ਚ 5,000 ਦੇ ਰਹਿਣ ਦਾ ਪ੍ਰੋਗਰਾਮ ਹੋਏਗਾ। 50% ਜਿਹੜੇ ਨੇ ਉਹ ਫਰੀ ਆਫ ਕੋਸਟ, ਜਿਹਨੂੰ ਡੋਰਮੈਟਰੀ ਹੋਏਗੀ ਉਹਦੇ 'ਚ ਲੋਕ ਫਰੀ ਆਫ ਕੋਸਟ ਰਹਿਣਗੇ, ਕੋਈ ਪੈਸਾ ਨਹੀਂ। ਜਿਹੜੇ 2 bedroom ਅਤੇ 4 bedroom ਉੱਥੇ ਦਿੱਤੀਆਂ ਜਾਣਗੀਆਂ ਉਹਨਾਂ ਦੀ ਜਿਹੜੀ ਆ ਪੇਮੈਂਟ ਬੇਸ 'ਤੇ ਹੋਏਗਾ, ਜਿਹੜੇ ਬਾਹਰੋਂ ਲੋਕ ਆਉਣਗੇ ਉਹਨਾਂ ਲਈ। ਇਹ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕਰਕੇ ਜਿਹੜੀਆਂ ਪਾਰਕਿੰਗ ਆ ਉਹ SSP ਬਟਾਲਾ, DC ਬਟਾਲਾ ਉਹਨਾਂ ਨੂੰ ਬੁਲਾਇਆ ਗਿਆ। ਨਾਲ ਹੀ ਉਹਨਾਂ ਨੂੰ ਕਿਹਾ ਕਿ 40 acres ਜਿਹੜੇ ਨੇ ਜ਼ਮੀਨ ਅਕੁਆਇਰ ਕਰੋ, ਕਿਉਂਕਿ ਜਦੋਂ ਜੇ 5,000 ਦੀ ਸਾਨੂੰ ਪਰਮਿਸ਼ਨ ਮਿਲਦੀ ਆ ਅਤੇ 5,000 ਦੇ ਵਿੱਚੋਂ 2,000 ਜਿਹੜੀ ਵਹੀਕਲ ਨੇ ਉਹ ਪਾਰਕਿੰਗ 'ਚ ਖੜ੍ਹੇ ਰਿਹਾ ਕਰਨਗੇ। ਉਹਨਾਂ ਨੇ ਕਿਹਾ ਕਿ 40 acres ਦੇ ਹਿਸਾਬ ਦੇ ਨਾਲ ਉੱਥੇ ਪਾਰਕਿੰਗ ਜਿਹੜੀ ਆ ਉਹਨੂੰ ਵੀ ਤਿਆਰ ਕਰਾਇਆ ਜਾਏ। ਇਹ ਵੱਖ ਵੱਖ ਚੀਜ਼ਾਂ ਸੀਗੀਆਂ ਸਾਨੂੰ ਉੱਥੇ, ਜਿਹੜੀ ਕਿਉਂਕਿ ਟਾਈਮ ਥੋੜ੍ਹਾ ਸੀ, ਪਰ ਅਫਸੋਸ ਮੈਨੂੰ ਇਸ ਗੱਲ ਦਾ ਕਿ 26 November 2018 ਨੂੰ ਇਹ ਕੰਮ ਸਟਾਰਟ ਹੋਇਆ ਸੀ ਸਾਡਾ, 26 ਨੂੰ ਆਇਆ, ਪਾਕਿਸਤਾਨ ਵਾਲੇ ਨੇ 28 November ਨੂੰ ਕੰਮ ਸਟਾਰਟ ਕੀਤਾ। ਉਹ 1 ਸਾਲ 'ਚ ਬਹੁਤ ਅੱਗੇ ਨਿਕਲ ਗਏ, ਅਸੀਂ 1 ਸਾਲ 'ਚ ਟੈਂਡਰਾਂ ਵਾਲੇ ਪਾਸੇ ਹੀ ਤੁਰੇ ਫਿਰਦੇ ਰਹੇ ਹਾਂ। ਮੇਰੇ ਕੋਲ ਫੋਟੋਗ੍ਰਾਫਸ ਉੱਧਰ ਦੀਆਂ ਵੀ ਹੁੰਦੀਆਂ ਨੇ। ਉਹਨਾਂ ਨੇ ਤਕਰੀਬਨ ਆਪਣਾ ਆਲਮੋਸਟ 80% 90% ਨਹੀਂ ਮੈਂ ਕਹਿ ਸਕਦਾ, ਮੈਂ 70 ਵੀ ਕਹਿ ਸਕਦਾ, 70% ਉਹਨਾਂ ਦਾ ਕੰਮ ਆਲਮੋਸਟ ਕੰਪਲੀਟ ਆ। ਅਤੇ ਕਈ ਪੱਖੋਂ ਬੈਠਕ ਬੜੀ ਅਹਿਮ ਰਹੀ ਹੈ, ਕਿਉਂਕਿ ਤਿਆਰੀਆਂ ਕੀ ਕੁਛ ਰਹਿਣਗੀਆਂ, ਟੈਂਟ ਸਿਟੀ ਹੋਏਗੀ ਜਾਂ ਕੀ ਕੁਛ ਹੋਰ ਖਾਸ ਰਹੇਗਾ, ਬਹੁਤ ਵੇਰਵੇ ਦੇ ਨਾਲ ਜਾਣਕਾਰੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਦਿੱਤੀ ਗਈ ਹੈ। ਪਰ ਇਸ ਮੀਟਿੰਗ ਦੇ ਹੋਰ ਪੱਖ ਕਿਹੜੇ ਸੀਗੇ ਉਹ ਜਾਣਨ ਦੀ ਕੋਸ਼ਿਸ਼ ਵੀ ਕਰਨੇ ਆ। ਸਾਡੇ ਪੱਤਰਕਾਰ ਅਨਮੋਲ ਸਿੰਘ ਗੁਲਾਟੀ ਲਾਈਵ ਸਾਡੇ ਨਾਲ ਜੁੜ ਚੁੱਕੇ ਨੇ। ਅਨਮੋਲ, ਜੇ ਗੱਲ ਕਰੀਏ ਅੱਜ ਦੀ ਇਸ ਮੀਟਿੰਗ ਦੇ ਵਿੱਚ, ਜੋ ਕਿ ਜਾਣਕਾਰੀ ਬਹੁਤ ਵਿਸਥਾਰ ਸਹਿਤ ਕੈਬਨਿਟ ਮੰਤਰੀ ਮੋਹਰਾਂ ਵੱਲੋਂ ਦੇ ਦਿੱਤੀ ਗਈ ਹੈ, ਪਰ ਸਵਾਲ ਵੱਡਾ ਇੱਕ ਵੱਡਾ ਇਹ ਵੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕਈ ਵਾਰੀ ਸਵਾਲ ਉੱਠ ਰਹੇ ਨੇ। ਕਦੇ BJP ਦਾ ਕੋਈ ਆਗੂ ਕਹਿੰਦਾ ਕਿ ਨਹੀਂ ਬਣਨਾ ਚਾਹੀਦਾ, ਸੁਬਰਮਨੀਅਮ ਸਵਾਮੀ ਵੱਲੋਂ ਇੱਕ ਵੱਡਾ ਬਿਆਨ, ਜਿਸਦੀ ਨਿਖੇਧੀ ਲਗਾਤਾਰ SCPC ਅਕਾਲੀ ਦਲ ਜੋ ਭਾਈਵਾਲ ਹੈ ਅਤੇ ਹੋਰ ਸਿਆਸੀ ਪਾਰਟੀਆਂ ਵੀ ਕਰ ਰਹੀਆਂ ਨੇ, ਪਰ ਉਸ ਦੇ ਵਿਚਕਾਰ ਕੰਮ ਤੇਜ਼ੀ ਨਾਲ ਚੱਲ ਰਹੇ ਜਾਣਕਾਰੀ ਆਪ ਕੈਬਨਿਟ ਮੰਤਰੀ ਸਾਹਿਬ ਜੇ ਰਹੇ ਨੇ। ਸੋ ਲੱਗਦਾ ਕਿ ਸਮੇਂ ਸਿਰ ਲਾਂਘਾ ਖੁੱਲ੍ਹੇਗਾ ਅਤੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਹੋਣਗੇ।
जी बिल्कुल नवनीत, जिवें जिस तरीके दे नाल मीटिंग्स दा दौर चल रहा है, जिस तरीके दे नाल काम जिहड़ा की है वह लगातार निगरानी उहदे उत्ते की रखी जा रही है, तो नाल दे नाल सुखजिंदर रंधावा वालों मीटिंग खत्म होने तों बाद आप दस्सिया गया कि काम जिहड़ा की है वह काफ़ी तेजी नाल चल रहा है, तो उस तो उस हिसाब नाल इहदा लगता है कि लांघा जिहड़ा की है वह अपने टाइम नाल खुल जूगा, लेकिन जिथे कि एक पासे कोशिशां चल रही ने कि लांघे नूं टाइम नाल खोलिया जाए, जिहड़ा लांघे दा काम है वह टाइम नाल पूरा किया जाए, उत्थे ही दूजे पासे जिवें कि कुछ ही दिन पहला सुब्रमण्यम स्वामी एक बयान आया सीगा कि जिहड़ा कि करतारपुर लांघा नहीं खुलना चाहिए, उहदे उत्ते रिएक्ट करते हुए सुखजिंदर रंधावा ने भी अज कहा है कि जिहड़े कि सुब्रमण्यम स्वामी ने वो एंटी नैशनल ने, तो एंटी नैशनल बयान उन्होंने दिता है, तो कितना कितने ये जिहड़ा कि बयान सीगा उहदा दुष्परिणाम दुष्प्रभाव वेखण नूं मिल सकता सीगा लांघे दे उत्ते, लेकिन हजे तक इहो जिहा कुछ नहीं मिलिया, तो काम जिहड़ा कि आ पूरी तेजी नाल चल रहा है, तैयारियां पूरी कीती जा रही ने, अज जिहड़ी कि मीटिंग हुई मीटिंग दे विच भी पूरी चर्चा रही, चर्चा दे अंदर हर चीज़ की चर्चा है कि किवें टेंट सिटीज़ बनाई जाणगियां, किन्ने दा जत्था जाएगा, हालांकि सेंटर गौरमेंट वालों 5,000 दा जे कि परमिशन जिहड़ी कि आ उह दे दित्ती गई है, लेकिन जिहड़ी कि पंजाब सरकार है इन्हां वालों एक अर्जी दित्ती गई है कि 11,000 दा घट्टो घट्ट जिहड़ा कि जत्था वह जाण दी परमिशन देनी चाहिए है, पहला जिहड़ा कि लांघे तो जिहड़ा जत्था जाऊगा, तो कितने कितने नज़र ये आ रहा है कि जिहड़ा जिहड़ा कि करतारपुर लांघा है वो अपने टाइम नाल खुल जूगा, तो गुरु नानक नाम लेवा जिनी भी संगत है उन्होंने टाइम नाल अपने दर्शन करन दा भी मौका जरूर मिलेगा। जी नवनीत, लेकिन एक चीज़ और मैं इतने समझ नहीं चाहवागा अनमोल कि ठीक है खुले दर्शन दीदारे होने के और अरदास है और अरदास पूरी होएगी भी उम्मीद की जा रही है, पर सवाल बड़ा है भी है कि जो एक पंजाब सरकार का वफद जाना सी जो इस वेले अज के दिन पाकिस्तान होना सी जिन्हों परमिशन नहीं मिली तो वह नहीं गया, उस परमिशन बारे की कुछ छोट जानकारी निकल के सामने आ रही है। जी जी बिल्कुल, जिहड़ा कि जत्था जाना सीगा जिहड़ा कि एक वफद जाना सीगा मीटिंग दे लई वह नहीं पहुँच पाया, तो कितना कितने डिले इधर साडे पासों कहा जा रहा है, जिवें कि सुखजिंदर रंधावा वालों भी कहा गया कि डिले कितने कितने साडे पक्षों है, जे दूजे पासे की गल करिए तो उत्थे काम भी काफ़ी तेजी नाल चल रहा है, तो काफ़ी हद तक मुकम्मल भी हो चुके हैं, तो इस पासे जिहड़ा कि वह मीटिंग्स का दौर चल रहा है परमिशन दे विच शायद फस के कितना कितने डिले थोड़ा माड़ा मोटा जरूर नज़र आ सकता है, जिवें कि अज का जिहड़ा कि मीटिंग सी उत्थे जाके जिहड़ी वफद ने मिलना सीगा वह अज मीटिंग नहीं हो पाई, तो हो सकता है इहो जिहा छोटा मोटा डिले तो जरूर नज़र आए, लेकिन जिवें कि करतारपुर लांघे का जिहड़ा कि निश्चित समय है उस वो अपने समय तक जरूर पूरा होने की संभावना है। जी नमस्कार, ठीक है, धन्यवाद अनमोल इस सारी जानकारी चले, सो बिल्कुल उम्मीद की जा रही है कि समय सिर लांघा खुल जाए तो खुले दर्शन दीदारे हो जाए, पर सवाल वड्डा है कि जो मीटिंगां दा दौर लगातार चल रहा उन्होंने मीटिंगां दे विच की कुछ निकल के सामने आएगा, चूँकि मीटिंगां तो हो रही पर एक मीटिंग 30 तरीक नूं होनी है एक अज हो गई है, तो दूजे पासे पंजाब सरकार दे वफद नूं लैके भी चर्चावां हैगियां, सो सवाल वड्डे ने पर एक कहा जा सकता है कि उम्मीद कितना कितने जरूर है क्योंकि काम दोहां पासियों लगातार चल रहा है।